ਪੰਜਾਬ ਸੀ ਇਹ ਦੁਕਾਨ ਤੇ 16 17 ਸਾਲ ਹੋ ਗਏ ਨੇ ਮੈਨੂੰ ਇਹਦੇ ਕੰਮ ਕਰਦੇ ਸਾਨੂੰ ਇੱਥੇ 30 35 ਸਾਲ ਹੋ ਗਏ ਨੇ ਇਹਨਾਂ ਦੁਕਾਨ ਤੋਂ ਚਾਹ ਪੀਂਦੇ ਆ ਬਹੁਤ ਅੱਛੀ ਚਾਹ ਬਣਾਉਂਦੇ ਨੇ ਪਹਿਲੇ ਇਹਨਾਂ ਦੇ ਫਾਰਮ ਦਾ ਆਂਦੇ ਵਾਲ ਸਾਹਿਬ ਹੁੰਦੇ ਸੀ ਇਹਨਾਂ ਦਾ ਨਾਮ ਸੀ ਭਾਪ ਨੂੰ ਚਾਹ ਵਾਲਾ अच्छी चाय कैसे बनती है जरूरी नहीं कि आपको सिर्फ चाय बनाने का तरीका आना चाहिए इसके अलावा आपका दूध आपकी पत्ती आपकी चीनी ये तीनों जो प्रोडक्ट्स हैं जिससे चाय बनती है ये एक अच्छी कंपनी की होनी चाहिए अच्छी क्वालिटी की होनी चाहिए बहुत अच्छी चाय बना कर देते हैं एक नंबर दूध इस्तेमाल करते हैं एक नंबर पत्ती इस्तेमाल करते हैं ਸਾਲ ਪੁਰਾਣਾ ਹੋਟਲ ਹੈ ਸਾਡੇ ਪਹਿਲੇ ਵੱਡੇ ਚਾਚੇ ਤਾਏ ਇਹਨਾਂ ਕੋਲ ਪਿੰਜੇ ਚਾ ਅੱਗੋਂ ਅਸੀਂ ਪੀ ਰਹੇ ਹਾਂ ਲੋਕ ਆ ਕੇ ਜ਼ਰੂਰਤ ਹੈ ਬਾਤ ਕਰਨ ਤੇ ਸ਼ਰਮਾ ਰਹੇ ਹੈ ਉਨਕੋ ਉਰਦੂ ਵੀ ਠੀਕ ਸੇ ਨਹੀਂ ਆਤੀ ਉਹ ਲਾਹੌਰ ਕੋ ਲਾਹੌਰ ਕਹਿੰਦੇ ਹੈ ਗਵਾਲ ਮੰਡੀ ਕੀ ਚਾਹ ਔਰ ਅਭਿਨੰਦਨ ਕੀ ਹਮੇ ਯਾਦ ਨਾ ਹੈ ਦ ਟੀ ਵਾਸ ਰੀਅਲੀ ਫੰਟਾਸਟਿਕ ਬਲਕਿ ਦ ਟੀ ਫੰਟਾਸਟਿਕ ਫੰਟਾਸਟਿਕ ਹੈ ਯਾਰ